हेलो 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 ते लो जी आपां डिलीवरी आ गई है जी हुण ते आवाज दस्सियो किदां आउंदी हुण आपां मीडिया मूड एक्टिवेट कराता 70 पौंडे ते लाते होर आपां नूं कैमरा बहुत महंगा पै गया यार ये चलो कोई नहीं थोनू व्यू भी वधिया लगना चाहिए आपां नूं डिलीवरी आ गई है दो डिलीवरियां इकट्ठियां आईयां ते आपां चलदे हां जी डिलीवरी चक्कन लैफ्ट कड्डा यार दस हैं बंदा कम से कम हार नहीं मार दे अड्डे लोगों की जी थिंकिंग ना यार बहुत अजीब हुई भी चलो जी पहली डिलीवरी चकते आप अच्छा एक चीज़ होर आ भी इतने सारे कपड़े मिलते आ जिते मैं पहुंचा ना ये बैकटन तो दूजे पास इतने वे वे शोरूम कपड़े हो गए जुत्तियाँ हो गई ठीक है तो इतने सारा कुछ वो मिलता डिपार्टमेंट या जिन्ना भी है ते मैक्स हाइट 2 मीटर अपनी तो भरावा साड़ी तो इन्नी हाइट भी नहीं हैगी हूँ जाना किधर अच्छा इधर वो सीधा सीधा सॉरी और देखो JD हो गया है ना HM हो गया इतने सारे कपड़े है जिन्हें भी मतलब हाई ब्रांड हो जाते नेक्स्ट हो गया वो देखो उधर डायरेक्ट स्पोर्ट हो गया बहुत वधिया इतने JD वगैरह JD सब तो वधिया क्योंकि JD के कपड़े ट्रैक सूट बहुत वधिया होंगे इन्होंने शू भी अप टू डेट रहेंगे है ਲੈ ਬਈ ਆਪਣੀ ਆ ਗਈ ਪਿਕਅਪ ਚੱਕੀ ਪਿਕਅਪ ਲਓ ਜੀ ਇਹ ਕਹਿੰਦੇ ਆ ਜੀ 2 ਮਿੰਟ ਲੱਗਣਗੇ ਅਤੇ 2 ਮਿੰਟ ਆਪਾਂ ਇੱਥੇ ਵੇਟ ਕਰਦੇ ਹਾਂ ਦੇਖੋ ਇਹਨਾਂ ਨੇ ਬਾਹਰ ਹੀ ਲਾਈ ਹੋਈ ਜਿਵੇਂ ਸ਼ਾਹ ਹੋਟਲ ਫੂਡ ਆ ਗਿਆ ਆਹ ਨੇਕ ਜੀ ਆ ਗਏ ਅਤੇ ਆਹ ਇੱਧਰ ਆ ਗਏ ਆ ਬਰਫਿਟ ਆਹ ਸਾਰੇ ਵੱਡੇ ਵੱਡੇ ਸ਼ੋਰੂਮ ਆ HNO ਵਗੈਰਾ ਸੁਪਰਡਰ ਆ ਗਏ ਇੱਥੇ ਸਾਰੇ ਕੱਪੜੇ ਮਿਲਦੇ ਆ ਬਹੁਤ ਵਧੀਆ ਬਣਿਆ ਜੇ ਕਿਸੇ ਨੇ ਆਉਣਾ ਕੱਪੜੇ ਕੁਪੜੇ ਨੇ ਇੱਥੇ ਆਓ ਸਾਰੇ ਜਾਣੇ ਅਤੇ ਆਹ ਆਪਣਾ ਯੋਗਾ ਖੜਾ ਗਲਤ ਲਾਇਆ ਵੈਸੇ ਤਾਂ ਪਰ ਕੋਈ ਚੱਕਰ ਨਹੀਂ 2 ਮਿੰਟ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਚੱਕਦੇ ਹਾਂ ਜੀ ਔਡਰ ਲਓ ਜੀ ਔਡਰ ਚੱਕ ਲਿਆ ਜੀ ਆਪਾਂ ਅਤੇ ਔਡਰ ਰੱਖੀਏ ਬੈਗ 'ਚ ਔਡਰ 'ਚ ਪਤਾ ਕੀ ਆ ਦੇਖ ਵੀ ਸਕਦੇ ਹਾਂ ਤੁਸੀਂ ਦੇਖੋ ਜਿੱਦਾਂ ਆ ਰਿਹਾ ਜੀ ਔਡਰ 'ਚ ਆਹ ਚੀਜ਼ਾਂ ਜਿਵੇਂ ਰੈਗੂਲਰ ਚਿਪਸ ਹੋ ਗਿਆ ਚਲੋ ਪੀਨਾ ਹੋ ਗਿਆ ਇੱਕ ਪਿਕਅਪ ਹੋ ਗਈ ਆਪਣੀ ਇਹ ਹੈਗੀ ਆ ਜੀ ਕਿਹਦੇ ਨਾਲ ਸੀ ਮਿਰੰਡਾ ਨਾ ਸਾਡੇ ਪੰਜਾਬ ਦੀਆਂ ਬੋਤਲਾਂ ਦਾ ਨਾਂ ਰੱਖਿਆ ਅਤੇ ਚੱਲੀਏ ਹੁਣ ਅਗਲੀ ਡਿਲੀਵਰੀ 'ਤੇ ਯਾਰ ਵੈਸੇ ਤਾਂ ਮੈਂ 2 ਕਦੀ ਇਕੱਠੀ ਨਹੀਂ ਚੱਕਦਾ ਹੁੰਦਾ ਕਿਉਂਕਿ 2 ਚੱਕਣ ਦੇ ਨਾਲ ਘਾਟਾ ਵਧਾ ਕੀ ਆ ਇਹ ਦੂਜੀ ਦੇ ਪੈਸੇ ਕੱਢ ਦਿੰਦੇ ਆ ਦੂਜੀ ਡਿਲੀਵਰੀ ਵੀ ਆਪਾਂ ਚੱਕ ਲਈ ਦੂਜੀ ਨਾਲ ਕਮਾਲ ਹੀ ਹੋ ਗਈ ਦੂਜੀ ਡਿਲੀਵਰੀ ਆ ਨਾਲ ਹੀ ਸੀਗੀ ਮੈਂ ਉਹ ਗੇੜਾ ਕੱਟ ਕੇ ਫਿਰ ਇੱਥੇ ਮੁੜਿਆ ਮੈਂ ਕਿਹਾ ਯਾਰ ਜਗ੍ਹਾ ਤਾਂ ਦੇਖੀ ਦੇਖੀ ਲੱਗਦੀ ਆ ਇਹ ਨਹੀਂ ਪਤਾ ਸੀਗਾ ਕਿ ਦੂਜੀ ਡਿਲੀਵਰੀ ਵੀ ਇੱਥੇ ਹੀ ਆ ਗਈ ਚਲੋ ਜੀ ਕਰਦੇ ਹਾਂ ਆਪਾਂ ਇਹ ਵੀ ਡਿਲੀਵਰੀ ਕਰਨੀ ਤਾਂ ਪੈਣੀ ਹੋਈ ਆ ਮਿੱਤਰਾ ਜਨਰੇਟਰ ਦੀ ਆਵਾਜ਼ ਆ ਵਿੱਚ ਇਹਨਾਂ ਨੇ ਜਨਰੇਟਰ ਰੱਖੇ ਛੋਟੇ ਛੋਟੇ ਉਹ ਦੇਖੋ ਰੈਡ ਜਿਹੇ ਕਲਰ ਦੇ ਉੱਧਰ ਵੀ ਪਿਆ ਇੱਕ ਪੀਲੇ ਜਿਹੇ ਰੰਗ ਦਾ ਜੈਨੀ ਕਹਿੰਦੇ ਨੂੰ ਜੈਨੀ ਸਾਡੇ ਕੰਮ 'ਤੇ ਬਹੁਤ ਹੁੰਦੀਆਂ ਸੀ ਇਹ ਪਹਿਲੇ ਤੂੰ ਉਹ ਆਰਡਰ ਕਰਨਾ ਸੁਣਨਾ ਨੂੰ ਇੱਕ ਤਾਂ ਟ੍ਰੈਫਿਕ ਪਤਾ ਨਹੀਂ ਕਿਹੜੀ ਗੱਲ ਦਾ ਹੋ ਜਾਂਦਾ ਪਰ ਆਪਾਂ ਨੂੰ ਟ੍ਰੈਫਿਕ ਨਾਲ ਕੋਈ ਮਤਲਬ ਨਹੀਂ ਆਪਾਂ ਆਪਣਾ ਕੰਮ ਕਰਨਾ ਹੈ ਵਿੱਚੋਂ ਬੱਚੇ ਨਿਕਲ ਕੇ ਆਪਣਾ ਕੰਮ ਚੱਲੀ ਜਾਣਾ ਲਓ ਜੀ ਪਹਿਲੀਆਂ ਡਿਲੀਵਰੀਆਂ ਅੱਜ ਮੈਂ ਸਟਾਰਟ ਕੀਤੀਆਂ 2:53 'ਤੇ ਲੇਟ ਹੋ ਗਿਆ ਸਮਾਨ ਜਿਹਾ ਚੱਕਣ ਲੱਗੇ ਲੇਟ ਹੋ ਗਿਆ ਆਹ ਗੱਡੀ ਮਹਿੰਗੀ ਆ ਭਰਾਵਾ ਉਸ ਤੋਂ ਮਾਰਟਿਨ ਕਿਤੇ ਝੀਟ ਨਾ ਪੈ ਜਾਵੇ ਗੱਡੀ ਬਹੁਤ ਮਹਿੰਗੀ ਆ ਦੇਖੋ ਆਵਾਜ਼ ਸੁਣਾਓ ਉਹਦੀ ਲਓ ਜੀ ਇੱਕ ਆਪਾਂ ਡਿਲੀਵਰ ਕਰਤਾ ਬੈਕਟਨ ਦੇ ਵਿੱਚ ਹੀ ਕੀਤਾ ਬੈਕਟਨ ਦੇ ਵਿੱਚ ਜਿੱਥੇ ਆਪਾਂ ਆਹ ਖਰੀਦਿਆ ਸੀ ਹੁਣੇ ਆ ਕੇ ਅਤੇ ਆਹ ਸਾਹਮਣੇ ਮੈਂ ਸ਼ੀਸ਼ੇ ਵਿੱਚ ਦੀ ਵੇਖ ਸਕਦੇ ਹੋ ਤੁਸੀਂ ਆਹ ਹੈਲਮਟ ਆਹ ਲਿਆਂਦਾ ਆਪਾਂ ਜਗਾੜ 'ਚ ਅਤੇ ਅਗਲੀ ਡਿਲੀਵਰੀ ਕਿੱਥੇ ਆਈ ਆ ਉਹ ਯਾਰ ਅਗਲੀ ਡਿਲੀਵਰੀ ਨਾ ਬਹੁਤ ਸੋਹਣੀ ਲੋਕੇਸ਼ਨ ਆ ਤੁਹਾਨੂੰ ਦਿਖਾਉਣਾ ਲੋਕੇਸ਼ਨ ਆ ਤੁਹਾਨੂੰ ਉੱਥੇ ਲੈ ਕੇ ਜਾਣਾ ਠੀਕ ਆ ਇਹ ਵੀ ਸਿਟੀ ਦੇ ਵਿੱਚ ਆ ਜਾਂਦਾ ਸਿਟੀ ਏਅਰਪੋਰਟ ਇੱਥੇ ਆ ਚਲੋ ਜੀ ਅਗਲੀ ਡਿਲੀਵਰੀ ਕਰਦੇ ਹਾਂ ਆਪਾਂ ਅਤੇ ਚੱਲਦੇ ਅਗਲੀ ਡਿਲੀਵਰੀ ਵਾਲੇ ਇੱਥੇ ਕੋਈ ਹੈਪਨ ਹੋਇਆ ਇੱਥੇ ਨਾ ਹੈਲੀਕਾਪਟਰ ਫਿਰਦਾ ਸੀਗਾ ਤਾਂ ਕਰਕੇ ਟ੍ਰੈਫਿਕ ਜ਼ਿਆਦਾ ਆ ਕੋਈ ਐਕਸੀਡੈਂਟ ਇੱਥੇ ਨਾ ਕੋਈ ਹੈਪਨ ਹੋਇਆ ਜਿਹਦੀ ਵਜ੍ਹਾ ਕਰਕੇ ਇਹਨਾਂ ਨੇ ਸਭ ਬਲੋਕ ਕੀਤਾ ਹੋਇਆ ਇੱਥੋਂ ਲੰਘੇ ਨਹੀਂ ਹੈਗਾ ਕਿਸੇ ਪਾਸੇ ਦਾ ਸੈਫਟੀ ਆ ਚਲੋ ਟਰਾਈ ਕਰਦੇ ਹਾਂ ਆਪਾਂ ਇੱਥੇ ਨਿਕਲ ਨੁਕਲ ਲਈ ਕੋਈ ਵੱਡੀ ਗੱਲ ਹੋਈ ਆ ਜਿਹਦੇ ਕਰਕੇ ਇਹਨਾਂ ਨੇ ਬੰਦ ਕੀਤਾ ਹੋਇਆ ਸਾਰਾ ਰਸਤਾ ਕਿਉਂਕਿ ਉੱਤੇ ਹੈਲੀਕਾਪਟਰ ਘੁੰਮ ਰਿਹਾ ਸੀਗਾ ਇੱਥੇ ਘਰ ਦੇਖੋ ਕਿੰਨੇ ਸੋਹਣੇ ਬਣੇ ਆ ਮੈਂ ਨਾ ਕਿੰਨੇ ਚਿਰ ਤਾਂ ਸੋਚੀ ਜਾਂਦਾ ਮੇਰੇ ਪੈਰਾਂ 'ਚ ਕੁਛ ਵੱਜੀ ਜਾਂਦਾ ਪਰ ਮੈਨੂੰ ਪਤਾ ਲੱਗਿਆ ਮੇਰੀ ਲੀਡ ਥੱਲੇ ਡਿੱਗੀ ਪਈ ਸੀ ਸੜਕ 'ਤੇ ਸਾਰੀ ਘੜੀ ਸੀਗੀ ਪਰ ਫਿਰ ਵੀ ਧੰਨ ਦੀ ਆ ਜਿਹੜੀ ਚਾਰਜ ਕਰੀ ਜਾਂਦੀ ਆ ਫੋਨ ਨੂੰ
ਅਤੇ ਬਸ ਪਹੁੰਚਣ ਵਾਲੇ ਹਾਂ ਕਸਟਮਰ ਦੇ ਐਡਰੈਸ 'ਤੇ। ਬਹੁਤ ਜ਼ਿਆਦਾ ਟ੍ਰੈਫਿਕ ਆ ਯਾਰ ਅੱਜ, ਅਤੇ ਤਾਂ ਹੀ ਆਟੋ 'ਚ ਜ਼ਿਆਦਾ ਆ ਰਹੇ ਆ, ਕਿਉਂਕਿ ਗੱਡੀਆਂ ਵਾਲਿਆਂ ਦਾ ਕੰਮ ਖੜ੍ਹ ਜਾਂਦਾ। ਗੱਡੀਆਂ 'ਤੇ ਵੀ ਲੋਕ ਉਬਰ ਬਹੁਤ ਕਰਦੇ ਆ। ਬਾਕੀ ਮੇਰੀ ਆਵਾਜ਼ ਯਾਰ ਸਹੀ ਆਉਂਦੀ ਆ? ਜੇ ਹਜੇ ਵੀ ਨਹੀਂ ਆਉਂਦੀ ਤਾਂ ਫਿਰ ਮੈਂ ਥੋੜ੍ਹਾ ਜਿਹਾ ਹੋਰ ਕੈਮਰਾ ਐਡਜਸਟ ਕਰ ਲੂੰਗਾ ਇੱਧਰ। ਇੱਕ ਤਾਂ ਯਾਰ ਮੇਰਾ ਨੈੱਟ ਬਹੁਤ ਸਲੋਅ ਚੱਲਦਾ, ਜਿਹਦੇ ਕਰਕੇ ਨਾ ਕਦੇ ਕਦੇ ਪਤਾ ਨਹੀਂ ਲੱਗਦਾ ਕਿੰਨਾ ਨੰਬਰ ਆ। 7 ਆ ਸਾਹਮਣੇ ਹੀ ਆ। ਅੱਛਾ, ਇੱਥੇ ਪਹਿਲਾਂ ਵੀ ਡਿਲੀਵਰੀ ਕੀਤੀ ਹੋਈ ਆ। ਮੈਂ ਆ ਗਿਆ ਜੀ, ਮੈਂ ਡਿਲੀਵਰੀ ਕਰਿਆ ਵਾਂ। ਲਓ ਜੀ, ਕਰਤਾ ਆਪਾਂ ਡਿਲੀਵਰ। ਵੀ ਨੇ ਕਿੰਨੇ ਪੈਸੇ ਮਿਲੇ ਦੋ ਓਡਰਾਂ ਦੇ? ਮੈਂ ਪਹਿਲਾਂ ਕਹਿੰਦਾ ਵੀ ਜਦੋਂ ਇਕੱਠੇ ਚੱਕੇ ਫਿਰ ਘੱਟ ਦਿੰਦੇ ਸਾਰੇ, ਮੈਨੂੰ ਪਤਾ 5-6 ਦੇਣਗੇ, ਹੋਰ ਕਿੰਨੇ ਦੇਣੇ ਆ? ਕਰਦੇ ਆਪਾਂ ਡੇਟ, ਕਰਦੇ ਕਰਦੇ ਸ਼ੇਅਰ ਬਣ, ਸ਼ੇਅਰ ਬਣ ਕਰਦੇ, ਉਹ ਕਰਦੇ ਭਰਾਵਾ। 7.23 ਅਤੇ ਬਸ ਇੰਨੇ ਕੀ ਦੇਣੇ ਸੀ ਚੱਜ ਦੇ ਪੈਸੇ ਦਿੰਦੇ? ਚਲੋ ਫਿਰ ਵੀ ਮੈਂ ਤਾਂ 5 ਕੀ ਸੋਚ ਕੇ ਚੱਲਿਆ ਸੀ, ਇੱਕ ਅਤੇ 2 ਦੇਖ ਲਓ ਯਾਰ। ਇਹ ਜੋਬ ਉਹਨਾਂ ਲਈ ਆ ਜਿਹੜੇ ਕਹਿੰਦੇ ਆ ਕਿ ਯਾਰ ਅਸੀਂ ਘੁੰਮਣਾ ਵੀ ਆ ਅਤੇ ਸਾਨੂੰ ਕੋਈ ਟੈਨਸ਼ਨ ਵੀ ਨਾ ਹੋਵੇ ਅਤੇ ਨਜ਼ਾਰੇ ਲੈਣੇ ਆ, ਇਹ ਆਹ ਜੋਬ ਉਹਨਾਂ ਲਈ ਆ, ਠੀਕ ਆ? ਅਤੇ ਆਪਾਂ ਉਹਨਾਂ 'ਚੋਂ ਸੀਗੇ, ਬਸ ਆਪਾਂ ਨੂੰ ਅਸੀਂ ਘੁੰਮੀਏ ਫਿਰੀਏ, ਜਦੋਂ ਜੀ ਕੀਤਾ ਘਰੇ ਜਾਈਏ। ਆਪਦੇ ਇੱਥੇ ਆਪਦੇ ਬੌਸ ਤੁਸੀਂ ਆਪ ਹੀ ਹੋ, ਤੁਹਾਡਾ ਕੋਈ ਉੱਤੇ ਬੌਸ ਨਹੀਂ ਬੈਠਾ ਕਹਿਣ ਵਾਲਾ ਕਿ ਕੰਮ ਕਰ, ਠੀਕ ਆ? ਨਜ਼ਾਰੇ ਲਓ ਅਗਲੀ ਅੱਗੇ। ਹੁਣ ਆਪਾਂ ਚੱਲਦੇ ਮਾਰਕੀਟ 'ਚ, ਕਰਦੇ ਵੇਟ। ਹਜੇ ਮੈਂ ਪਿਆ ਜਾਂਦਾ ਸੀਗਾ ਅਤੇ ਇੱਕ ਡਿਲੀਵਰੀ ਹੋਰ ਆ ਗਈ ਆਪਾਂ ਨੂੰ। ਇਹ ਹੈਗੀ ਹੈ ਜੀ, ਸ਼ੁਕਰ ਕਰਦੇ ਹਾਂ ਕਿ ਮੇਰੇ ਘਰ ਦੇ ਕੋਲ ਹੀ ਆ, ਇੱਧਰਲਾ ਏਰੀਆ ਮੈਨੂੰ ਵਧੀਆ ਲੱਗਦਾ ਆਪਦੇ ਵਾਲਾ। ਅਤੇ ਇਹ ਕਰਦੇ ਹਾਂ ਆਪਾਂ ਡਿਲੀਵਰੀ। ਹਜੇ ਇੱਕ ਡਿਲੀਵਰੀ ਮੈਂ ਦੇਣ ਜਾਣਾ ਅਤੇ ਦੂਜੀ ਡਿਲੀਵਰੀ ਪਹਿਲਾਂ ਹੀ ਆ ਗਈ। ਇਹ ਤਾਂ ਚੱਲ ਜਾਵਾਂ ਨੇੜੇ ਆਈ ਆ, ਦੂਜੀ ਡਿਲੀਵਰੀ ਕਰਕੇ ਆਉਣੀ ਨਾਲ। ਹੁਣ ਚੱਕਦੇ ਫਿਰ ਡਿਲੀਵਰੀ ਕਰਦੇ ਹਾਂ। ਇੱਥੋਂ ਆਈ ਕਿੰਗਸ ਪੀਰੀ ਪੀਰੀ ਵਾਲਿਆਂ ਦੀ ਡਿਲੀਵਰੀ ਹੈ ਇਹ, ਇਹਨਾਂ ਦਾ ਵੀ ਕਾਫੀ ਨਾਮ ਚੱਲਦਾ। ਅਤੇ ਕਰਦੇ ਹਾਂ ਡਿਲੀਵਰੀ। ਟ੍ਰੈਫਿਕ ਬਹੁਤ ਜ਼ਿਆਦਾ ਆ, ਬੁਰੇ ਹਾਲ ਆ ਟ੍ਰੈਫਿਕ ਦੇ ਨਾਲ। ਭੇਜਣਾ ਪਤਾ ਨਹੀਂ ਕਿੱਧਰ ਰਹਿਣੇ। ਅੱਛਾ, ਸਿੱਧੇ ਇੱਥੋਂ ਸਿੱਧੀ ਆਹ ਗਲੀ ਮੋੜਨਾ ਮੈਂ, ਪਿੱਛੇ ਦੇਖ ਲਈਏ ਕੁਛ ਹੁੰਦਾ ਤਾਂ ਨਹੀਂ। ਆਪਾਂ ਆਪਦਾ ਨਿਕਲਦੀ ਕਰਦੇ ਹਾਂ, ਕਿਉਂਕਿ ਆਹ ਲਾਵੇ ਆਹ ਤਾਂ ਰਾਹ ਸਾਫ਼ ਹੀ ਮਿਲ ਗਿਆ ਇਹਨੂੰ, ਜੋ ਗਿਆ ਨਾ ਸਹੀ ਆ ਰਾਹ, ਸਹੀ ਆ, ਸਹੀ ਸਹੀ। ਮੈਨੂੰ ਲੱਗਿਆ ਕਿਤੇ 92 'ਚ ਵੜ ਗਿਆ ਮੈਂ, ਇਹ ਤਾਂ ਜਮ੍ਹਾਂ ਹੀ ਖਤਮ ਹੋਇਆ ਪਿਆ ਯਾਰ। ਬਾਕੀ ਇੱਥੇ ਜਿਵੇਂ ਮਰਜ਼ੀ ਆ, ਦੇਖੋ ਨਾ ਗੱਡੀਆਂ ਪਾਸੇ ਹੋ ਰਹੀਆਂ, ਕਿਉਂਕਿ ਇਹਨਾਂ ਨੂੰ ਰਾਹ ਦੇਣਾ ਹੀ ਪੈਣਾ ਮੈਨੂੰ, ਕਿਉਂਕਿ ਮੋਪੜ 'ਤੇ ਆ। ਅਤੇ ਜੇ ਇੱਥੇ ਸਾਈਕਲ ਵਾਲਾ ਹੁੰਦਾ ਮੋਪੜ ਵੱਲ ਨੂੰ ਵੀ ਰਾਹ ਛੱਡਣਾ ਪੈਂਦਾ। ਮੈਂ ਹੁਣ ਕਿੰਨੇ ਭਰੇ ਟ੍ਰੈਫਿਕ 'ਚੋਂ ਨਿਕਲਿਆ, ਪਰ ਫਿਰ ਵੀ ਇਹਨਾਂ ਨੂੰ ਰਾਹ ਦੇਣਾ ਹੀ ਪੈਣਾ। ਅਤੇ ਜੇ ਨਹੀਂ ਦਿੰਦੇ ਆਪਾਂ ਕੰਪਲੇਨ ਕਰ ਸਕਦੇ ਹਾਂ, ਠੀਕ ਆ? ਮਤਲਬ ਪਹਿਲ ਤੁਰਨ ਵਾਲੇ ਨੂੰ, ਦੂਜੇ ਨੰਬਰ 'ਤੇ ਸਾਈਕਲ ਵਾਲੇ ਨੂੰ, ਤੀਜੇ ਨੰਬਰ 'ਤੇ ਹੈਗੀ ਮੋਪੜ ਅਤੇ ਚੌਥੇ 'ਤੇ ਗੱਡੀ, 5ਵੇਂ 'ਤੇ ਲੋਰੀਆਂ, ਸਮਝੇ? ਮਤਲਬ ਤੁਰਨ ਵਾਲੇ ਨੂੰ ਤੁਰ ਕੇ ਜਿੱਥੇ ਮਰਜ਼ੀ ਲੰਘ ਜੇ ਰੂਲ ਦੇ ਅਕੋਰਡਿੰਗ, ਉਹਨੂੰ ਕੋਈ ਨਹੀਂ ਰੋਕੂਗਾ। ਹਾਂ, ਅਤੇ ਪਰ ਜੇ ਉਹ ਸੜਕ 'ਤੇ ਜਾ ਕੇ ਡਾਂਸ ਹੀ ਕਰਨ ਲੱਗ ਪਏ ਫਿਰ ਤਾਂ ਮੈਂ 76 ਵੀ ਪੈ ਸਕਦੇ। ਹੁਣ ਪਤਾ ਨਹੀਂ ਕਿੰਨਾ ਨੰਬਰ ਸੀ ਇਹ, 237 ਹੋ ਰਿਹਾ ਪਿੱਛੇ, 237 ਕਰਦੇ ਡਿਲੀਵਰੀ। ਅਤੇ ਆ ਨਾ ਆ, ਮੈਂ ਡਿਲੀਵਰੀ ਤਾਂ ਪਹਿਲਾਂ ਔਡਰ ਕਰਤਾ ਕਿ ਆਹ ਹੁਣ ਡਿਲੀਵਰੀ ਆਈ ਨਾ ਯਾਰ, ਆਹ ਲੋਕੇਸ਼ਨ ਦੇਖਿਓ ਕਰਾਂ, ਹੁਣ ਤੁਹਾਨੂੰ ਲੋਕੇਸ਼ਨ ਦਿਖਾਉਣੀ। ਇਸੇ ਮਾਰੇ ਤਾਂ ਆਪਾਂ ਕੈਮਰਾ ਲਿਆ, ਬਹੁਤ ਸੋਹਣੀ ਲੋਕੇਸ਼ਨ ਆ ਯਾਰ। ਇੱਥੋਂ ਪਹਿਲਾਂ ਮੈਂ ਔਡਰ ਚੱਕਣਾ, ਔਡਰ ਚੱਕ ਕੇ ਫਿਰ ਆਪਾਂ ਗਾਂਹ ਲੋਕੇਸ਼ਨ ਜਾਣਾ, ਕਿਹੜਾ ਹਰਨ ਮਾਰੀ ਜਾਂਦਾ ਇਹ। ਆਹ ਲੋਕੇਸ਼ਨ ਤੁਹਾਨੂੰ ਦਿਖਾਉਂਦਾ ਜਾ ਕੇ, ਬਹੁਤ ਸੋਹਣੀਆਂ ਬਿਲਡਿੰਗਾਂ ਬਣੀਆਂ ਯਾਰ, ਕਿਉਂਕਿ ਮੇਰੀ ਹਰ ਵਾਰ ਡਿਲੀਵਰੀ ਇੱਥੇ ਦੀ ਆਉਂਦੀ ਹੁੰਦੀ ਆ, 8-10 ਡਿਲੀਵਰੀਆਂ ਇੱਥੋਂ ਆਉਂਦੀਆਂ ਹੀ ਆ। ਤੁਹਾਨੂੰ ਸਿੱਧਾ ਜਾਣਾ ਉੱਥੇ ਆਪਾਂ ਚੱਕਦੇ ਔਡਰ। ਮਤਲਬ ਬਹੁਤ ਸੋਹਣੀ ਲੋਕੇਸ਼ਨ ਆ ਜਿਹੜੀ ਹੁਣ ਡਿਲੀਵਰੀ ਆਈ ਹੈ ਇਹ। ਮੈਂ ਦੁਬਾਰਾ ਤਾਂ ਮੈਨੂੰ ਨਾ ਪਿਆ, ਮੈਨੂੰ ਲੱਗਿਆ ਪਹਿਲਾਂ ਵੀਡੀਓ ਰਿਕਾਰਡ ਨਹੀਂ ਹੋਈ। ਅਤੇ ਲੋਕੇਸ਼ਨ ਦੇਖਿਓ ਤੁਸੀਂ ਪਾਪਾ, ਪਹਿਲਾਂ ਮੈਂ ਇੱਥੋਂ ਔਡਰ ਚੱਕ ਲਾਂ, ਮੇਰੀ ਫੇਵਰੇਟ ਲੋਕੇਸ਼ਨ ਹੈ ਇਹ ਪਤਾ। ਹੁਣ ਉਹ ਦੇਖੋ ਗੱਡੀ ਰੋਕ ਗਈ ਨਾ, ਕਿਉਂਕਿ ਆਪਾਂ ਮੋਟਰ ਇਹਦੇ ਚੜ੍ਹ ਗਏ ਹਾਂ ਤਾਂ ਕਰਕੇ ਰੋਕ ਗਈ। ਹੁਣ ਆਪਾਂ ਉਹ ਜਾਣਾ ਆਸ ਦਾ ਸਾਹਮਣੇ ਨਾ, ਉਹਦੇ 'ਚ ਮੈਂ ਕਢਾਉਣਾ ਲਾ, ਉੱਥੋਂ ਆਪਾਂ ਚੱਕਣਾ ਆਪਣਾ ਔਡਰ। ਔਡਰ ਚੱਕ ਕੇ ਅਤੇ ਪ੍ਰਚੰਡੇ ਡਾਉਣੇ ਔਡਰ 'ਤੇ ਫਿਰ ਆਪਾਂ, ਠੀਕ ਆ? ਅਜੇ ਟ੍ਰੈਫਿਕ ਬਹੁਤ ਆ, ਬਹੁਤ ਜ਼ਿਆਦਾ ਬੁਰਾ ਹਾਲ ਆ ਇੱਧਰ। ਪਰ ਆਪਣੀ ਸਕੂਟਰੀ ਲਈ ਕੋਈ ਟ੍ਰੈਫਿਕ ਨਹੀਂ ਹੈਗਾ। ਗੱਡੀ ਵਾਲਾ ਵਿਚਾਰਾ ਹੁਣੇ ਮਿਲਿਆ, ਕਹਿੰਦਾ ਭਾਈ ਬਹੁਤ ਔਖੇ ਆ ਯਾਰ, ਕਹਿੰਦਾ ਸਾਰਾ, ਕਹਿੰਦਾ
ਕਹਿੰਦਾ ਬਾਈ ਕਹਿੰਦਾ ਕੋਈ ਡਿਲੀਵਰੀ ਆਉਂਦੀ ਹੈ ਕਹਿੰਦਾ ਹੁਣ ਟ੍ਰੈਫਿਕ ਚੜ ਜਾ ਇੰਨਾ ਡਿਲੀਵਰੀ ਕਹਿੰਦਾ ਹੁੰਦੀ ਨਹੀਂ ਪਈ ਕਰੀ ਹੈਗੀ ਇੱਕ ਤਾਂ ਯਾਰ ਘੁੰਮ ਕੇ ਆਉਣਾ ਪੈਂਦਾ ਸਾਰਾ ਚਲੋ ਚੱਕਦਾ ਯਾਰ ਮੈਂ ਡਿਲੀਵਰੀ ਹੈ ਨਾ ਬੈਟਰੀ ਬਚਾ ਕੇ ਰੱਖੀ ਕਹਿੰਦੇ ਜੀ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਦਾ ਹੱਲ ਉਹ ਬਾਹਲਾ ਯਾਰ ਮਜ਼ਾਕ ਲਾਇਆ ਲੋਕਾਂ ਨੇ ਯਾਰ ਉਹਦਾ ਚਲੋ ਜੀ ਆਹ ਕਰੀਏ ਡਿਲੀਵਰੀ ਸ਼ੁਰੂ ਅਤੇ ਲੋਕੇਸ਼ਨ ਦੇਖੋ ਆਈ ਜਹਾਜ਼ਾਂ ਦੇ ਅੱਡੇ ਦੇ ਵਿੱਚ ਦੀ ਲੋਕੇਸ਼ਨ ਆਈ ਆ ਲਓ ਰੱਬ ਦਾ ਨਾਂ ਵਾਹਿਗੁਰੂ ਕਰੀਏ ਸ਼ੁਰੂ ਡਿਲੀਵਰੀਆਂ ਦਾ ਵਰਕ ਇਜ਼ ਗੁੱਡ ਵਰਕ ਨੋਟ ਬੈਡ ਆ ਵਰਕ ਬਹੁਤ ਵਧੀਆ ਆ ਮਾਮਿਆਂ ਤੋਂ ਬਚ ਕੇ ਪਹੁੰਚਦੇ ਆਪਾਂ ਲੋਕੇਸ਼ਨ 'ਤੇ ਉਹ ਦੇਖੋ ਬਾਈ ਆਹ ਆਹ ਤਾਂ ਹੋਰ ਹੀ ਪਾਸੇ ਆ ਨਹੀਂ ਨਹੀਂ ਸਹੀ ਆ ਸਹੀ ਆ ਇਹੀ ਲੋਕੇਸ਼ਨ ਆ ਦੇਖੋ ਮਾਹੌਲ ਇੱਥੇ ਨਾ ਆਹ ਸਿਟੀ ਏਅਰਪੋਰਟ ਅੰਦਰਲੇ ਪਾਸੇ ਉਹ ਰਿਹਾ ਸਾਹਮਣੇ ਇੱਥੇ ਜਹਾਜ਼ ਜੋ ਉੱਤਰ ਰਹੇ ਸਾਰੀ ਸਿਟੀ ਦੀ ਇੱਧਰੋਂ ਦੇਖੋ ਉਹ ਵਿਕਲਹਿਰੀ ਵਾਕ ਸਾਹਮਣੇ ਇੱਧਰ ਸਾਰੀ ਥੇਮਸ ਰਿਵਰ ਆ ਜਾਂਦੀ ਆ ਥੇਮਸ ਰਿਵਰ ਦੇ ਵਿੱਚ ਵਿੱਚ ਬਣਿਆ ਅਤੇ ਆਪਣੀ ਜਿਹੜੀ ਲੋਕੇਸ਼ਨ ਆਈ ਆ ਉਹ ਸਾਹਮਣੇ ਜਿਹੜੀਆਂ ਬਿਲਡਿੰਗਾਂ ਨਹੀਂ ਹੈਗੀਆਂ ਉੱਥੇ ਆਈ ਆ ਦੇਖੋ ਆਹ ਸਾਰਾ ਸਿਟੀ ਏਅਰਪੋਰਟ ਆ ਚਲੋ ਯਾਰ ਪਿੱਛੋਂ ਹਾਰ ਨਾ ਵੱਜ ਜੇ ਅਤੇ ਆਪਾਂ ਚੱਲੀਏ ਡਿਲੀਵਰੀ 'ਤੇ ਹੁਣ ਇਹ ਗੇਟ ਖੋਲਣ ਕੇ ਦੇਖਿਓ ਕੈਮਰੇ ਵਿੱਚ ਵੀ ਦੇਖ ਲੈਂਦੇ ਨਾ ਇਹ ਇੱਥੇ ਕਿਤੇ ਕੈਮਰਾ ਹੁੰਦਾ 149 ਹੀ ਸੀ ਠੀਕ ਹੈ ਤੁਹਾਡਾ ਭਲਾ ਤੁਰ ਕੇ ਜਾ ਰਹਾ ਪੰਗਾ ਪੈ ਗਿਆ ਯਾਰ ਲਿਫਟ ਲੁਫਟ ਨਹੀਂ ਹੈਗੀ ਕਿਤੇ ਯਾ 149 ਓਕੇ ਥੈਂਕ ਯੂ ਦੇਖੋ ਲੋਕੇਸ਼ਨ ਸਾਹਮਣੇ ਸਾਰੇ ਚੜ੍ਹ ਗਿਆ ਪੌੜੀਆਂ ਹੀ ਆ ਇੱਥੇ ਇਕੱਲੀਆਂ ਆ ਜਿਹੜਾ ਹੁਣ ਇੱਕ ਪੌਂਡ ਆ ਰਿਹਾ ਨਾ ਉੱਪਰ ਇਹਦੇ 'ਚ ਇੱਕ ਪੌਂਡ ਉੱਤੇ ਮਿਲ ਰਿਹਾ ਤੁਸੀਂ ਡਿਲੀਵਰੀ ਕਰੋਗੇ ਤਾਂ ਮਿਲਦੇ ਆ ਕਿਉਂਕਿ ਅੱਜ ਟ੍ਰੈਫਿਕ ਆ ਅਤੇ ਮੇਰੇ ਵਾਲੇ ਏਰੀਏ 'ਚ ਵੀ ਇੱਕ ਪੌਂਡ ਮਿਲੀ ਜਾਂਦਾ ਆਲਰਾਈਟ ਸਹੀ ਆ ਪੌੜੀਆਂ ਵਾਲਾ ਸਿਸਟਮ ਵੀ ਮੋਟਾ ਬੰਦਾ ਤਾਂ ਕਰ ਦੂ ਪਤਲਾ ਹੈ ਚਾਰ ਪੌਂਡ ਫਿਲਹਾਲ ਆਹ ਲੋਕੇਸ਼ਨ ਦੇਖੋ ਸਾਹਮਣੇ ਵਧੀਆ ਲੋਕੇਸ਼ਨ ਚਲੋ ਜੀ ਅੱਗੇ ਵੱਧਦੇ ਡਿਲੀਵਰੀ ਵੱਲ ਬੈਟਰੀ ਵੀ ਗੋਪਰੋ ਦੀ ਜ਼ਿਆਦਾ ਨਹੀਂ ਹੈਗੀ ਅਤੇ ਹੁਣ ਮਿਲਦੇ 6-7 ਡਿਲੀਵਰੀਆਂ ਕਰਨ ਤੋਂ ਬਾਅਦ ਅੱਜ ਪਤਾ ਨਹੀਂ ਕੀ ਚੱਕਰ ਆ ਬਹੁਤ ਜ਼ਿਆਦਾ ਟ੍ਰੈਫਿਕ ਆ ਹਰ ਜਗ੍ਹਾ 'ਤੇ ਅਤੇ ਔਡਰ 'ਤੇ ਔਡਰ ਆਈ ਜਾਂਦੇ ਆ ਅਤੇ ਮੈਂ ਹਜੇ ਔਡਰ ਡਿਲੀਵ ਉਹ ਕਰੀ ਜਾਂਦਾ ਕੈਂਸਲ ਕਰੀ ਜਾਂਦਾ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਅਤੇ ਆਹ ਦੇਖੋ ਰੋਡ ਕੋਈ ਚੱਕਰ ਪਿਆ ਯਾਰ ਇੱਥੇ ਵਾਹਵਾ ਗੱਡੀਆਂ ਜਾਂ ਖੜੀਆਂ ਹੋਈਆਂ ਕੋਲ ਸਾਰੀਆਂ ਦੇਖਦੇ ਅੱਗੇ ਜਾ ਕੇ ਪਤਾ ਲੱਗੂਗਾ ਮੋਟਰਵੇ 'ਤੇ ਆਪਾਂ ਚਾੜ ਤਾਂ ਲਿਆ ਅਗਲੇ ਹੁਣ ਰੋਕ ਲੈਣਾ ਲੈਣ ਮੈਨੂੰ ਵੀ ਤੂੰ ਮੋਟਰਵੇ 'ਤੇ ਭੱਜਿਆ ਫਿਰਦਾ ਤੁਹਾਨੂੰ ਪਤਾ ਹੀ ਹੈ CBT ਦਾ ਲਾਇਸੈਂਸ ਮਾੜੀ ਮੋਟੀ ਪਰਮਿਸ਼ਨ ਦਿੰਦਾ ਆਪਾਂ ਨੂੰ ਆਵੇ ਹੁਣ ਅੱਗੇ ਨਾ ਮੇਰੇ ਆ ਸਾਇਰਨ ਜੇ ਵੱਜੀ ਜਾਂਦੇ ਆ ਕੋਈ ਗੱਲ ਹੋਈ ਆ ਇੱਥੇ ਸਾਇਰਨ ਜੇ ਹੋਵੇ ਹੋਈ ਆਹ ਦੇਖੋ ਇਹ ਨਾ ਪੁਲਿਸ ਨੇ ਰੋਕਿਆ ਇਹਨੂੰ ਕੋਈ ਟਰਾਲੇ ਦਾ ਕੋਈ ਚੱਕਰ ਆ ਅੱਛਾ ਐਕਸੀਡੈਂਟ ਹੋਇਆ ਇਹਦੇ ਨਾਲ ਗੱਡੀ ਨਾਲ ਓਕੇ ਯਾਰ ਸਿਫਟ ਬ੍ਰਦਰ ਆਹ ਅੰਡਰਸਟੈਂਡ ਹੁਣ ਮੈਨੂੰ 2 ਔਡਰ ਫਿਰ ਆ ਗਏ ਆ ਅਤੇ ਆਪਾਂ ਦੋਨੇ ਹੁਣ ਔਡਰ ਕਰਨੇ ਹੀ ਕਰਨੇ ਆ ਔਡਰ ਨਹੀਂ ਛੱਡਣਾ ਅੱਜ ਕੋਈ ਨਹੀਂ ਤਾਂ ਅੱਗੇ ਨਾ ਮੈਂ ਦੂਰ ਦਾ ਔਡਰ ਦੇਖ ਕੇ ਸਕਿੱਪ ਕਰ ਜਾਂਦਾ ਮੈਂ ਛੱਡ ਯਾਰ ਕਿਹੜਾ ਉੱਧਰ ਜਾਵੇ ਫਿਰ ਆਵੇ ਪਰ ਮੈਂ ਕਿਹਾ ਚੱਲ ਅੱਜ ਵੀਡੀਓ ਵੀ ਚੰਗੀ ਬਣ ਜੂ ਔਡਰ ਵੀ ਆਪਾਂ ਕਰਾਂਗੇ ਵਧੀਆ ਅਤੇ ਚਲੋ ਜੀ ਚੱਕਦੇ ਕਰਾਂ ਔਡਰ ਕੀ ਬਣਦਾ ਲਓ ਜੀ ਆਪਾਂ ਇੱਕ ਪਿਕਅਪ ਚੱਕ ਲਈ ਆ ਅਤੇ ਅੱਜ ਬਹੁਤ ਜ਼ਿਆਦਾ ਟ੍ਰੈਫਿਕ ਆ ਯਾਰ ਹੁਣ ਦੂਜੀ ਪਿਕਅਪ ਚੱਕਣ ਲੱਗੇ ਇਹਨਾਂ ਨੇ ਪਤਾ ਨਹੀਂ ਕੀ ਸਭ ਕੱਢਣਾ ਹਜੇ ਪੁੱਲ ਇੱਕ ਮੈਨੂੰ ਪੁੱਲ ਅਤੇ ਪੁਛ ਦਾ ਬੜਾ ਫਰਕ ਪੈਂਦਾ ਧੋਖਾ ਪੈਂਦਾ ਜੀ ਕਿੱਥੇ ਗਏ ਸਾਰੇ
आ जाओ चलो चक्की ऑर्डर, दोनों ऑर्डर चक लिते ने आप चलीए हूँ। बहुत ज़्यादा बुरा हाल है यार, इन्ना ज़्यादा ट्रैफिक अज लंडन च। ये तो वैसे वड्डी गल नहीं, बहुत नॉर्मल गल है, इतने ट्रैफिक रेंदे रहिंदा। हुण ऑर्डर आपां नूं आया 2 माइल के बिच, तो हुण इन्होंने रखे 2 पाउंड उपर, क्योंकि गड्डिया का कम खड़ गया, तो हुण मोपड़ ते सैकल सब तो वध कम इन्हां नूं आऊगा अज। ये उबर के आह काम च बहुत फायदा होंगे, जो हम जिदे को छोटी चीज़ है ना, जिम्मे मान लो सैकल सब तो छोटा उबर के हूँ सब तो डिलीवरी आनी है। दूजे नंबर पर आ गई स्कूटी, तो तीजे पर आ गई गड्डी, तो चौथे से तो कुछ है ही नहीं, जो हों का जहाज ही होना सी हूँ बस डिलीवरी सट्टी जानी उन्होंने, तो हजे टाइम भी 5:30 हो, टाइम भी कोई चल नहीं हो। रात देखो तुम 4 बजे रात हो जाती, मैं कहता 4 बजे पूरे 4 बजे रात हो गई थी। चलो आ देखो हूँ ये 40 माइल कहें, 40 माइल 40 की स्पीड मतलब 60 की स्पीड आ, देखो 40 माइल थले 60 लिखा हुआ, यहाँ 60 की स्पीड से यह उड़ता जाता, क्योंकि 60 तो भी वाता यह 50 तो पहुँच जाता, 80 की स्पीड से जाता। करिए डिलीवरी यार, करते हैं डिलीवरी भाई, डिलीवरी पहुँच के उत्थे जाके आप वीडियो उन्होंने करते हैं। बैटरी बचाओ, बच्चे बचाओ, बैटरी बचाओ, देश बचाओ। है ना गोरा बहुत चंगा सीगा, वो बेचारा आप आके मेरे तो ऑर्डर फट के लैके गया, नाले 3-4 बारी थैंक यू कह के गया, कहना एप्रीशिएट करता, कहना मैं जिंदगी सोचा नहीं, कहता भी अच्छ कहना मेरी जिंदगी सब तो कहना मेरी जिंदगी सब तो पहला दिन है मैं इन्ना ट्रैफिक देखा, कहता बहुत बुरा हाल आ, कहता अज कहना सवेर का ट्रैफिक आ सवेर का। आप डिलीवरी करती है 2 पाउंड हर डिलीवरी के उपर पे आ, आपां हुण टोटल मिलणगे, रब थोड़ा भला करे। 2 घंटे देती पौ 2.5 घंटे सॉरी, हजे 2.5 घंटे हुए मैनूं कम करदे नूं, 11 टाइम भी नहीं होया, मैनूं इह नहीं समझ आउंदी मैं फिरदा कित्थे। छेती आ ठीक आ, हजे मैं बार बार कहता फिरदा कित्थे कदे, छेती यार आई एम गोइंग रोंग यार, मैम यही नहीं करनी यार, हूँ मैं पूरा गलत आ गया, पता मैं जाना इस टाइम वाल सीगा, तो जाई मैं होर पासे नूं जाना। चलो जी हूँ अगली डिलीवरी की वेट करते हैं, हूँ वधिया रास्ते पे जाने, कहना कहना बंद है ये ट्रैफिक की वजह करके ना, लोग इन्ने ज़्यादा गुस्से हुए पे ना एक दूजे नाल, सारे गालां कढ़ी जांदे आ, ये 2 बंदे लड़ ही पे, गड्डी छड के लड़ पे मैं, वो तो मैं कैमरा ऑफ किया, नहीं तो मैं तुम्हें कैमरे के दिखा देना ही, वो गोरे थे एक काला सी गोरा सी, दोवें गड्डी के पिछे लड़ पे भी तू अगे गड्डी तू अगे गड्डी आ, तो वाहवा डह पे उत्थे, मैं कोल च निकल गया, वो सारे निकल गए, मैं कि सारे निकल गए, इतने जो कोई लड़ाई होंगी होगी ना इदा कोई बच नहीं पैंदा। इतने रीज़न की आ कि भी इतने लड़न वाले का कुछ नहीं होता, पर जोड़ा बच जाता उन्होंने पुलिस चक लेंदी है, फिर वो इन्वेस्टिगेशन उन्होंने बार बार सदती आ, बंदा कहते भी इतने बच पैन वाले का कम ज़्यादा खराब हों, दूजे तो दोवें बरी हो जाते छुट जाते, पर जोड़े दूजे जोड़ा बच पै विचोला हों बेचारा रगड़ा जाता, फिर इस करके इतने जो भी कोई लड़ाई होंगी हो कद भी ये ना सोचो बचा लेंगे छड़ा लेंगे छो, पर नहीं कुछ नहीं हूँ ना सॉरी छड़ा देंगे, है ना 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 ये पंगा ना लियो। बाकी ट्रैफिक देखो तुम, ट्रैफिक का बुरा हाल, इतने सारा लंडन में लाल होया पिया सारा ही, हूँ तो उबर भी वधिया इतने दिखा रही है भी 1 पाउंड उत्ते दे रहे हैं ही, आ 2 पाउंड दे जाता वे, आ कड़ा 2 पाउंड दे जाता, बैटरी भी रह गई 37%, पता नहीं किन्नी वीडियो बनू होर हजे, तो बाकी चलो आप कोशिश पूरी करते हैं। आप बस के कोल कोल दिखा के लंघा देता, बस के कोई चक्कर नहीं, गड्डी के झरीट ना पवे बस, तो चलो जी हम अगे चलते हैं, आप वे आपके कदमों हुणे हुणे एक चक्कर पै गया सी, चक्कर ये पै गया सीगा कि मैं डिलीवरी करता पिया सीगा, ते ओ किते जंप जुंप आया ते ऑर्डर लीकआउट सी, ज़्यादा ऑर्डर हो गया डैमेज, ते मैं कस्टमर के सामने खोलिया ते वेख्या कस्टमर थोड़ा नाराज हो गया, मैं कस्टमर नूं फिर कहा मैं कहा कोई नहीं मैं इधरों कैंसल पा दिंदा तू भी ऑर्डर ले आ ते तैनू एक होर ऑर्डर आजूगा, फिर कस्टमर बड़ा खुश सीगा बेचारा, ते मैं कैंसल कीता तां करके मैनूं थोड़ा टाइम लग गया, तो हूँ मैं जाना पाया दूजी डिलीवरी वाल,
ਦੂਜੀ ਡਿਲੀਵਰੀ ਪਾਰਕਿੰਗ ਰੋਡ 'ਤੇ ਆ। ਅੱਜ ਬਹੁਤ ਮਾੜਾ ਹਾਲ ਆ ਬਾਈ, ਉਬਰ ਦਾ ਨਹੀਂ ਮਤਲਬ ਅੱਜ ਲੰਡਨ ਦਾ ਮਾੜਾ ਹਾਲ ਆ। ਉਹ ਕਿੱਦਾਂ? ਕਿਉਂਕਿ ਅੱਜ ਟ੍ਰੈਫਿਕ ਨੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਸਾਰੇ ਪਾਸੇ। ਲੰਡਨ ਦੇ ਵਿੱਚ ਇੱਕੋ ਜਿਹੜਾ ਇਸ਼ੂ ਸਭ ਤੋਂ ਵੱਧ ਜ਼ਿਆਦਾ ਉਹ ਟ੍ਰੈਫਿਕ ਦਾ, ਕਿਉਂਕਿ ਇੱਥੇ ਬਹੁਤ ਇੱਕ ਘਰ 'ਚ ਪੰਜ ਪੰਜ ਫੈਮਲੀਆਂ ਰਹਿੰਦੀਆਂ ਅਤੇ ਪੰਜ ਪੰਜ ਫੈਮਲੀਆਂ ਰਹਿੰਦੀਆਂ ਅਤੇ ਹਰ ਕਿਸੇ ਕੋਲ ਗੱਡੀ ਆ। ਹੁਣ ਜਿੱਥੇ ਮੈਂ ਰਹਿੰਦਾ ਉੱਥੇ ਚਾਰ ਫੈਮਲੀਆਂ ਰਹਿੰਦੀਆਂ, ਤੁਸੀਂ ਹਿਸਾਬ ਲਾਓ ਇਸ ਫਿਊਚਰ 'ਤੇ ਸਾਡੇ ਕੋਲ ਹੋਰ ਅੱਜ ਤੋਂ ਸਾਲ ਦੋ ਸਾਲਾਂ ਨੂੰ ਸਾਰਿਆਂ ਕੋਲ ਗੱਡੀ ਹੋਣੀ ਆ। ਹੁਣ ਚਾਰ ਗੱਡੀਆਂ ਇੱਕ ਘਰ ਦੇ ਮੂਹਰੇ ਖੜਨਗੀਆਂ ਅਤੇ ਟ੍ਰੈਫਿਕ ਤਾਂ ਫਿਰ ਆਪ ਹੀ ਹੋਣਾ। ਇਹ ਕਿਹੜਾ ਇੱਥੇ ਟਾਟਾ ਸਮੂਹ ਆਉਂਦੀ ਵੀ ਸਾਰੇ ਜਣੇ ਬਹਿ ਜਾਣਗੇ। ਚਲੋ ਫਿਲਹਾਲ ਔਡਰ 'ਤੇ ਨਿਗਾਹ ਕਰਦੇ ਹਾਂ, ਆਪਾਂ ਔਡਰ ਡਿਲੀਵਰ ਕਰੀਏ। ਅਤੇ ਲਓ ਜੀ, ਆਪਾਂ ਹੁਣ ਘਰ ਦੀ ਛੂਟ ਵੱਟਣ ਲੱਗਾ ਸੀ, ਪਰ ਮੈਂ ਸੋਚਿਆ ਇੱਕ ਦੋ ਹੋਰ ਕਰ ਹੀ ਲਵਾਂ। ਅਤੇ ਸਾਢੇ ਚਾਰ ਘੰਟੇ, ਹਾਂ ਆਹ ਚਾਰਾਂ ਘੰਟਿਆਂ ਦੇ ਪੈਸੇ ਆ, 50 ਪਾਉਂਡ ਬਣਾਏ ਆਪਾਂ ਚਾਰਾਂ ਘੰਟਿਆਂ 'ਚ। ਅਤੇ ਬਸ ਹੁਣ ਆਪਾਂ ਇੱਕ ਨੂੰ ਮੈਂ ਨਾ ਲਾਸਟ ਜਿਹਾ ਕਰ ਹੀ ਜਾਂਦਾ, ਜਦੋਂ 50 ਕੁ ਬਣ ਜਾਂਦੇ ਫਿਰ ਹੁੰਦਾ ਯਾਰ 100 ਬਣਾ ਕੇ ਹੀ ਜਾਵਾਂਗੇ। ਅਤੇ ਹੁਣ ਸੋਚ ਰਿਹਾ 100 ਬਣਾ ਕੇ ਹੀ ਜਾਵਾਂ ਫਿਰ। ਅਤੇ ਚਲੋ ਜੀ ਫਿਲਹਾਲ ਅੱਗੇ ਵੇਹਣੇ ਆ, ਲਾਈਟਾਂ ਹੋ ਗਈਆਂ, ਕੱਢੀ ਗਈ ਸਕੂਟਰੀ ਆਪਾਂ। ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰਾ ਵੀਰ, ਯਾਰ ਬੜੀ ਮਿਹਨਤ ਨਾਲ ਵੀਡੀਓ ਬਣਦੀ ਆ। ਅਤੇ ਬਸ ਮੇਰੇ ਚੈਨਲ ਨੂੰ ਦੱਬ ਕੇ ਸਪੋਰਟ ਕਰਿਓ, ਅੱਗੇ ਜਾ ਕੇ ਆਪਾਂ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ। ਹੁਣ ਤਾਂ ਆਪਣੇ ਕੋਲ ਕੈਮਰਾ ਵੀ ਚੰਗਾ, ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਏਰੀਏ 'ਚ, ਉੱਥੇ ਜਾ ਕੇ ਡਿਲੀਵਰੀ ਦੁਬਾਰਾ ਸਟਾਰਟ ਕਰਾਂਗੇ, ਨਹੀਂ ਤਾਂ ਇੱਥੇ ਔਡਰ ਬਹੁਤ ਆ ਰਹੇ ਆ। ਅੱਜ ਟ੍ਰੈਫਿਕ ਦੀ ਵਜ੍ਹਾ ਕਰਕੇ ਔਡਰ ਬਹੁਤ ਆ ਰਹੇ ਆ। ਚਲੋ ਠੀਕ ਹੈ ਜੀ, ਫਿਰ ਉੱਥੇ ਜਾ ਕੇ ਮੈਂ ਆਉਣਾ ਹੁੰਦਾ। ਹੁਣੇ ਹੁਣੇ ਨਾ ਕਸਟਮਰ ਨਾਲ ਇੱਦਾਂ ਮਜ਼ਾਕ ਜਿਹਾ ਹੋ ਗਿਆ, ਅਤੇ ਹੁਣ ਉਹ ਜਿਹੜਾ ਔਡਰ ਮੈਂ ਲੈ ਕੇ ਆਇਆ ਉਹਨੂੰ ਕੋਈ ਪਹਿਲਾਂ ਡਿਲੀਵਰ ਕਰ ਗਿਆ। ਮਤਲਬ ਇਹਦਾ ਇਹ ਹੋਇਆ ਕਿ ਵੀ ਉਬਰ 'ਤੇ ਜਾਂ ਤਾਂ ਮਿਸਟੇਕ ਹੋ ਰਹੀ ਆ ਕਿ ਡਬਲ ਡਬਲ ਔਡਰ ਕਸਟਮਰ ਨੂੰ ਪਹੁੰਚ ਰਿਹਾ। ਕਿਉਂਕਿ ਮੈਂ ਇੱਕ ਦੋ ਵਾਰੀ ਨੋਟ ਕੀਤਾ ਕਿ ਜਿੱਥੇ ਵੀ ਮੈਂ ਜਾਂਦਾ ਪਿਆ ਮੇਰੇ ਮਗਰੇ ਕੋਈ ਔਡਰ ਦੇਣ ਆ ਜਾਂਦਾ ਉਸ ਜਗ੍ਹਾ 'ਤੇ। ਪਰ ਮੈਨੂੰ ਪਹਿਲਾਂ ਲੱਗਦਾ ਕਿ ਸ਼ਾਇਦ ਇੱਕ ਘਰ 'ਚ ਦੋ ਜਣੇ ਰਹਿੰਦੇ ਆ, ਪਰ ਹੁਣ ਮੈਨੂੰ ਇਸ਼ੂ ਕਲੀਅਰ ਹੋ ਗਿਆ ਕਿ ਵੀ ਇੱਕ ਘਰ 'ਚ ਦੋ ਜਣੇ ਨੀਗੇ। ਐਕਚੁਅਲ ਦੇ ਵਿੱਚ ਉਬਰ ਦੇ ਵਿੱਚ ਪ੍ਰੋਬਲਮ ਚੱਲ ਰਹੀ, ਇੱਕ ਔਡਰ ਨੂੰ ਦੋ ਵਾਰੀ ਡਿਲੀਵਰ ਕਰਵਾ ਰਿਹਾ। ਚੱਲ ਆਪਾਂ ਨੂੰ ਕੀ ਆ, ਆਪਾਂ ਉਹ ਕਹਿਤਾ ਮੈਂ ਉਹਦੇ ਫੋਨ 'ਤੇ ਆਪਦਾ ਨਾਮ ਦੇਖਿਆ, ਮੈਂ ਕਿਹਾ ਚੱਕ ਬਾਈ ਤੇਰਾ ਔਡਰ ਲੈ ਲਾ, ਇੰਜੋਏ ਕਰ ਮੇਰੇ ਔਡਰ ਨੂੰ। ਅਤੇ ਆਪਾਂ ਹੁਣ ਚੱਲੇ ਪਾਰਕਿੰਗ ਰੋਡ ਮੇਰੇ ਵਾਲੇ ਪਾਸੇ, ਅਤੇ ਆਪਾਂ ਕਰਦੇ ਹਾਂ ਰੋਕ ਕੇ ਗੱਲ, ਇੱਕ ਹੋਰ ਡਿਲੀਵਰੀ ਆ। ਹਾਂ ਜੀ, ਮੈਂ ਖੜਾ ਤੁਹਾਡੇ ਸਾਹਮਣੇ, ਡਿਲੀਵਰੀਆਂ ਕਰ ਰਿਹਾ ਇਸ ਵਕਤ, ਕੰਮ ਕਾਰ ਕਰਨ ਵਾਲੇ ਬੰਦੇ ਆਪਾਂ। ਫਿਲਹਾਲ ਮੇਰੇ ਹੱਥ 'ਚ ਔਡਰ, ਮੈਂ ਪਹਿਲਾਂ ਔਡਰ ਕਰਾਂ ਉਹਨਾਂ ਨੂੰ, ਆਟੋਮੈਟਿਕ ਬੱਤੀਆਂ। ਹਾਂਜੀ, ਆਣਾ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਪਤਾ ਨਹੀਂ ਤੁਹਾਨੂੰ ਦਿਖੂਗੀ ਕਿ ਨਹੀਂ, ਉਹ ਐਂਬੂਲੈਂਸ ਜਾਂਦੀ ਪਈ ਆ। ਅਤੇ ਐਂਬੂਲੈਂਸ ਦੇ ਵਿੱਚ ਹੁਣ ਦੇਖੋ ਜਿਵੇਂ ਜਿਵੇਂ ਇਹਨੇ ਜਾਈ ਜਾਣਾ, ਲੋਕਾਂ ਨੇ ਰਾਹ ਛੱਡੀ ਜਾਣਾ, ਵੀ ਗੱਡੀਆਂ ਸਾਈਡ 'ਤੇ ਲੱਗ ਗਈਆਂ ਸਾਰੀਆਂ, ਉਹ ਮੈਂ ਬਾਹਲੀ ਦੂਰ ਚਲੀ ਗਈ ਆ, ਵੀ ਹੁਣ ਤੁਰੀ ਆ ਗੱਡੀ, ਹੈ ਨਾ, ਉਹ ਤਾਂ ਬਾਹਲੀ ਦੂਰ ਚਲੀ ਗਈ ਆ। ਇੱਥੇ ਪੁਲਿਸ ਹੋ ਗਈ, ਐਂਬੂਲੈਂਸ ਹੋ ਗਈ, ਜਦੋਂ ਹਾਰਨ ਮਾਰਤਾ ਉਹਨਾਂ ਨੇ, ਅਤੇ ਇਹਨਾਂ ਨੂੰ ਗੱਡੀਆਂ ਪਾਸੇ ਕਰਨੀਆਂ ਪੈਣੀਆਂ। ਹੁਣ ਉਹ ਜਿਵੇਂ ਅੱਗੇ ਆ, ਉਹ ਗੱਡੀਆਂ ਸਾਈਡ 'ਤੇ ਵੀ ਸ਼ੁਰੂ ਹੋ ਗਈਆਂ, ਉਹ ਇੰਡੀਕੇਟਰ ਲਾ ਕੇ ਖੜ ਗਈਆਂ ਗੱਡੀਆਂ, ਸ਼ਾਇਦ ਤੁਹਾਨੂੰ ਦਿਸੇ ਕਿ ਨਾ ਦਿਸੇ। ਗੱਡੀਆਂ ਸੈਪਰੇਟ ਹੋ ਜਾਂਦੀਆਂ, ਮਤਲਬ ਉਹਦੇ ਲਈ ਰਾਹ ਬਣਾ ਦਿੰਦੇ, ਚਾਹੇ ਜਿੰਨਾ ਮਰਜ਼ੀ ਟ੍ਰੈਫਿਕ ਹੋਵੇ, ਚਾਹੇ ਮੈਂ ਕਹਿੰਦਾ ਜਗ੍ਹਾ ਹੀ ਨਾ ਹੋਵੇ ਭਾਵੇਂ ਗਾਂਹ ਜਾਣ ਦੀ, ਪਰ ਜਦੋਂ ਐਂਬੂਲੈਂਸ ਦਾ ਹਾਰਨ ਵੱਜ ਗਿਆ, ਗੱਡੀਆਂ ਨੇ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਦੇਣਾ। ਵਿਦ ਇਨ ਫਾਈਵ ਔਰ ਟੈਨ ਸੈਕਿੰਡ ਦੇ ਵਿੱਚ ਗੱਡੀਆਂ ਨੇ ਪਾਸੇ ਹੋ ਜਾਣਾ। ਠੀਕ ਹੈ, ਚਲੋ ਅਗਲੇ ਟ੍ਰਿਪ 'ਤੇ ਚੱਲਦੇ ਆ। ਓਹੋ, ਕਿੰਨੇ ਟਾਈਮ ਬਾਅਦ ਮੈਂ ਇੱਥੇ, ਕਿੰਨੇ ਟਾਈਮ ਬਾਅਦ ਨਹੀਂ, ਅੱਜ ਮਹਾਂ ਹੀ ਇੱਥੇ ਗੇੜਾ ਲੱਗਿਆ ਮੇਰਾ ਆਉਣ ਦਾ। ਮੈਂ ਹਮੇਸ਼ਾ ਇੱਥੇ ਹੀ ਖੜ੍ਹਦਾ ਹੁੰਦਾ, ਮੈਂ ਕਟੋਨਲ ਦੇ ਮੂਹਰੇ ਆ ਕੇ, ਮੈਨੂੰ ਸਭ ਤੋਂ ਵਧੀਆ ਲੱਗਦਾ। ਅਤੇ ਉਹ ਚੱਲਿਆ ਸਕੂਟਰੀ ਲੈ ਕੇ, ਆਪਾਂ ਉੱਥੇ ਲਾ ਦੇਣੀ ਹੈ, ਕੋਸ਼ਿਸ਼ ਤਾਂ ਇਹੀ ਹੈ। ਕਰਦੇ ਵੇਟ ਆਪਾਂ, ਕਰਦੇ ਵੇਟ, ਚਲੋ ਜੀ ਕਰਦੇ ਵੇਟ ਆਪਾਂ। ਲਓ ਜੀ, ਅਤੇ ਹਾਂ ਡਿਲੀਵਰੀ ਆਈ ਆ। ਹੁਣ ਨਾ ਮੈਂ ਸਾਈਕਲ ਵਾਲੀ ਡਿਲੀਵਰੀ ਔਨ ਕਰ ਲਈ, ਇਹਦਾ ਮਤਲਬ ਕੀ ਆ ਕਿ ਹੁਣ ਮੈਨੂੰ ਸਾਈਕਲ ਦੇ ਨੇੜੇ ਨੇੜੇ ਡਿਲੀਵਰੀ ਆਉਣਗੀਆਂ। ਕਰਦੇ ਹਾਂ ਆਪਾਂ ਸਕੂਟਰੀ ਦੇ, ਇਹ ਡਸ ਨੋਟ ਮੈਟਰ ਆ ਕਿ ਤੁਸੀਂ ਕਾਹਤੇ ਕਰ ਰਹੇ ਹੋ, ਪਰ ਸਕੂਟਰੀ ਲੈਣ ਤੋਂ ਬਾਅਦ ਡਸ ਨੋਟ ਮੈਟਰ ਆ ਕਿ ਤੁਸੀਂ ਸਕੂਟਰੀ 'ਤੇ ਕਰ ਰਹੇ ਹੋ ਸਾਈਕਲ 'ਤੇ ਕਰ ਰਹੇ ਹੋ। ਅਤੇ ਮੈਂ ਕਿਹਾ ਚੱਲ ਹੁਣ ਨੇੜੇ ਦੀ ਕਰਦੇ, ਦਿਨੇ ਮੈਂ ਦੂਰ ਦੂਰ ਦੀਆਂ ਕਰਦਾ, ਰਾਤ ਨੂੰ ਮੈਂ ਨੇੜੇ ਦੀਆਂ ਕਰਦਾ, ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਬੰਦੇ ਨੂੰ, ਨਾਲੇ ਥੋੜ੍ਹਾ ਜਿਹਾ ਟੈਨਸ਼ਨ ਫਰੀ ਜਿਹਾ ਰਹੀਦਾ। ਆਪਦੇ ਏਰੀਆ ਦਾ ਪਤਾ ਹੁੰਦਾ ਨਾ ਆਪਾਂ ਨੂੰ ਕਿ ਆਪਣਾ ਏਰੀਆ ਕਿੱਦਾਂ ਦਾ।
ਅਤੇ ਹੁਣ ਆਹ ਚੱਲਿਆ ਮੈਂ ਡਿਲੀਵਰੀ ਕਰਨ, ਡੇਢ ਕੁ ਮਾਈਲ ਦਾ ਕੰਮ ਆ, ਡੇਢ ਮਾਈਲ ਮਤਲਬ ਤਿੰਨ ਸਾਢੇ ਤਿੰਨ ਕਿਲੋਮੀਟਰ, ਸਾਢੇ ਤਿੰਨ, ਚਲੋ ਕੋਈ ਨਹੀਂ ਐਟਲੀਸਟ, ਚਲੋ ਠੀਕ ਹੈ ਜੀ, ਕਰੀਏ ਡਿਲੀਵਰੀ, ਸੀ ਯੂ ਲੇਟਰ। ਲਓ ਜੀ ਇਹ ਵੀ ਡਿਲੀਵਰੀ ਕਰਤੀ ਆਪਾਂ, ਅਤੇ ਆਹ ਸਾਹਮਣੇ ਦੇਖੋ ਜੀ, ਸਾਹਮਣੇ ਗ੍ਰੀਨ ਸਟਰੀਟ ਆ, ਇਹ ਗ੍ਰੀਨ ਸਟਰੀਟ ਦੇ ਕੋਰਨਰ 'ਤੇ ਆ ਅਪਟਨ ਪਾਰਕ, ਇੱਕੋ ਹੀ ਆ, ਦੇਖੋ ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਆ, ਦੇਖੋ। ਬਾਕੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਜੇ ਨਵੇਂ ਆ ਤਾਂ, ਤੁਹਾਨੂੰ ਹੁਣ ਇੱਦਾਂ ਦੀਆਂ ਵੀਡੀਓ ਦੇਖਣ ਨੂੰ ਮਿਲ ਗਈਆਂ, ਨਾਲੇ ਤੁਹਾਨੂੰ ਘੁਮਾਇਆ ਕਰਾਂਗੇ ਆਪਾਂ, ਦਿਨੇ ਜੇ ਕਰਿਆ ਕਰਾਂਗੇ 10 ਵਜੇ ਨੂੰ ਕਿ ਚਾਨਣ ਦੇ ਵਿੱਚ, ਸਗੋਂ ਤੁਹਾਨੂੰ ਹੋਰ ਵਧੀਆ ਵਿਊ ਦਿਖੇ, ਅਤੇ ਚਲੋ ਵੱਧਦੇ ਹਾਂ ਕਦੇ ਕਦਮ ਵੱਲ ਨੂੰ, ਅਤੇ ਚਲੋ ਜੀ ਠੀਕ ਹੈ ਜੀ, ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਹੁਣ ਮੈਨੂੰ ਜਾਣਾ ਚਾਹੀਦਾ ਜੀ, ਮੈਕਡੋਨਲਡ ਸਾਹਮਣੇ ਖੜ੍ਹ ਗਿਆ ਸੀ ਮੈਂ ਆ ਕੇ, ਅਤੇ ਮੈਨੂੰ ਹੁਣ 10:45 ਹੋ ਗਏ ਆ, ਅਤੇ ਅੱਜ ਜਿਹੜੇ ਬਣੇ ਆਪਾਂ ਨੂੰ 73 ਬਣੇ ਆ, ਅਤੇ ਗਿਣਤੀ ਦੇ ਆਪਾਂ ਕੰਮ ਕੀਤਾ, ਰੱਬ ਤੁਹਾਡਾ ਭਲਾ ਕਰੇ, 5.5 ਘੰਟੇ, 5.5 ਘੰਟਿਆਂ 'ਚ 73 ਆ। ਅਤੇ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਵੀ ਮੈਂ ਨਜ਼ਾਰਾ ਵੀ ਲੈਣਾ ਅਤੇ ਜੋਬ ਵੀ ਕਰਨੀ ਆ, ਉਹ ਇਹ ਕੰਮ ਕਰ ਲਏ, ਇਹਦੇ ਵਰਗੀ ਰੀਸ ਨਹੀਂ, ਵਧੀਆ ਕੰਮ ਆ। ਅਤੇ ਆਹ ਤੁਹਾਨੂੰ ਮੈਂ ਦਿਖਾਉਂਦਾ, ਆਹ ਪਿਛਲੇ ਮਹੀਨੇ ਦੀ, ਪਿਛਲੇ ਹਫ਼ਤੇ ਜਿਹੜੇ ਮੈਂ ਕਮਾਏ ਸੀ, ਸਿਰਫ 3 ਦਿਨ ਕੰਮ ਕੀਤਾ ਸੀ, ਉਹ ਤਾਂ ਮੈਂ ਸਕੂਟਰੀ ਲਿਆਂਦੀ ਸੀ ਹਜੇ, ਆਹ ਦੇਖੋ ਆਹ 300 ਪਾਉਂਡ ਆ 3 ਦਿਨਾਂ ਦਾ। ਜੇ ਤੁਸੀਂ 7 ਦਿਨ ਕੰਮ, ਯਾਰ ਕੰਮ ਇੰਨਾ ਵਧੀਆ ਨਾ, ਤੁਸੀਂ 7 ਦਿਨ ਵੀ ਕਰੋਗੇ, ਇੱਕ ਵਾਰੀ ਸਟਾਰਟ ਕਰੋ ਇਹਨੂੰ ਬਸ, ਅਤੇ 7 ਦਿਨ ਕੰਮ ਕਰ ਲਿਆ, 700 ਪਾਉਂਡ ਗਰੰਟੀ ਦਿੰਦਾ ਕਿਤੇ ਨਹੀਂ ਗਿਆ। ਮੈਂ ਅੱਜ ਲੇਟ ਕੰਮ ਸ਼ੁਰੂ ਕੀਤਾ, ਮੈਂ ਤੁਹਾਡੇ ਸਾਹਮਣੇ 2 ਵਜੇ ਕੰਮ ਸ਼ੁਰੂ ਕੀਤਾ, ਅਤੇ ਜੇ ਮੈਂ ਇਹੀ ਕਿਤੇ 8 ਵਜੇ 9-10 ਵਜੇ ਕਰਾਂ, ਅਤੇ ਸ਼ਾਮ ਨੂੰ ਮੈਂ ਬੰਦ ਕਰ ਦਿਆ ਕਰਾਂ 8 ਵਜੇ, ਨਾਲੇ ਵਿੱਚੇ ਘਰ ਜਾਣਾ ਘੰਟਾ 2-2 ਘੰਟੇ ਘਰ ਲਾ ਕੇ ਆਏ, ਰੋਟੀ ਪਾਣੀ ਖਾ ਕੇ ਆਉਣਾ, ਠੀਕ ਆ, ਤਾਂ ਵਧੀਆ ਤੁਸੀਂ ਆਪਦਾ 100 ਪਾਉਂਡ ਫਿਰ ਵੀ ਬਣਾ ਲਓਗੇ। ਤਾਂ ਚਲੋ ਠੀਕ ਹੈ ਜੀ, ਮੈਨੂੰ ਹੁਣ ਦਿਓ ਇਜਾਜ਼ਤ, ਕਿੱਦਾਂ ਦੀ ਲੱਗੀ ਮੇਰੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਪੰਜਾਬੀ ਬੋਲੂੰਗਾ ਕਿਉਂਕਿ ਹਿੰਦੀ ਬੋਲਣੇ ਮੈਂ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ, ਸਾਹ ਫੁੱਲੇ ਜਾਂਦਾ ਯਾਰ, ਸਿੱਧੀ ਸਾਫ਼ ਜੀ ਗੱਲ ਦੱਸਾਂ ਤੁਹਾਨੂੰ, ਹਿੰਦੀ ਕਿਉਂਕਿ ਕਦੇ ਬੋਲੀ ਨਾ, ਹੈਬਿਟ ਨਹੀਂ ਹੈਗੀ। ਅਤੇ ਚਲੋ ਠੀਕ ਹੈ ਜੀ, ਫਿਰ ਮਿਲਦੇ ਹਾਂ, ਕਰੀਏ ਉਬਰ ਬੰਦ, ਜਾਂਦੇ ਘਰ ਨੂੰ, ਟੇਕ ਕੇਅਰ ਜੀ ਸਾਰਿਆਂ ਨੂੰ, ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ, ਵਾਰ ਵਾਰ ਕਹਿ ਰਿਹਾ ਜੀ ਮੈਂ, ਤੁਹਾਡੀ ਸਪੋਰਟ ਆ, ਤੁਹਾਡੀ ਸਪੋਰਟ ਨਾਲ ਹੀ ਸਾਰਾ ਕੁਛ ਹੋਣਾ। ਮਾਮੇ ਕਿੱਧਰੋਂ ਆ ਰਹੇ ਆ, ਆਹ ਦੇਖੋ ਗੱਡੀ ਪਾਸੇ ਹੋ ਗਈ ਨਾ, ਚਲੋ ਲਾਰਮ ਮਾਰਿਆ ਗੱਡੀ ਪਾਸੇ, ਠੀਕ ਆ, ਆਹ ਸਿਸਟਮ ਆ ਇੱਥੇ। ਚਲੋ ਜੀ ਟੇਕ ਕੇਅਰ, ਬਾਏ ਬਾਏ, ਮੇਰੇ ਗੋਪਰੋ ਦੀ ਬੈਟਰੀ ਵੀ ਖਤਮ ਹੋਣ ਵਾਲੀ ਹੈ ਜੀ, ਟੇਕ ਕੇਅਰ, ਬਾਏ ਬਾਏ, ਬੰਦ ਕਿੱਥੋਂ ਹੋਣੀ ਆ।